ਕਿਆ ਕਹਿਣੇ ਇਸ ਬੇਬੇ ਦੀ ਦਲੇਰੀ ਦੇ, ਆਪਣੀ ਭੈਣ ਦੀ ਇਸਨੇ ਜਾਨ ਦੇਖੋ ਕਿੰਜ ਬਚਾਈ ਹੈ। ਮੂੰਹ ਤੇ ਟੱਕ, ਠੋਡੀ ਤੇ ਟੱਕ, ਗਲੇ ਤੇ ਚਾਕੂਆਂ ਦੇ ਨਾਲ ਵੱਢ ਗਿਆ ਬਦਮਾਸ਼। ਦਰਅਸਲ ਇੱਕ ਵਾਰਦਾਤ ਹੋਈ, ਇੱਕ ਬਦਮਾਸ਼ ਦੋ ਇਕੱਲੀਆਂ ਰਹਿੰਦੀਆਂ ਭੈਣਾਂ ਤੇ ਟੁੱਟ ਪਿਆ। ਤਸਵੀਰਾਂ ਦੇ ਵਿੱਚ ਦਿਖ ਰਹੀ ਇਹ ਔਰਤ, ਜਿਸ ਦੀ ਭੈਣ ਦੇ ਉੱਤੇ ਇੱਕ ਬਦਮਾਸ਼ ਦੇ ਵੱਲੋਂ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਜਦ ਉਸਨੇ ਚੀਕਾਂ ਮਾਰੀਆਂ ਤਾਂ ਇਹ ਉਸਨੂੰ ਬਚਾਉਣ ਦੇ ਲਈ ਅੱਗੇ ਚਲੀ ਗਈ। ਇਸਨੇ ਦਲੇਰੀ ਦੇ ਨਾਲ ਬਦਮਾਸ਼ ਦਾ ਮੁਕਾਬਲਾ ਕੀਤਾ ਅਤੇ ਉਸਦਾ ਚਾਕੂ ਖੋਲਿਆ, ਜਿਸ ਤੋਂ ਬਾਅਦ ਉਹ ਬਦਮਾਸ਼ ਭੱਜ ਨਿਕਲਿਆ। ਪਰ ਚਾਕੂ ਖੋਣ ਵੇਲੇ ਇਸ ਔਰਤ ਦੇ ਮੂੰਹ 'ਤੇ ਟੱਕ ਲੱਗ ਪਈ। ਦੇਖ ਸਕਦੇ ਹੋ ਕਿਹੜੀ ਕਿਹੜੀ ਥਾਂ 'ਤੇ ਚਾਕੂ ਵੱਜੇ ਨੇ। ਹਾਲਾਂਕਿ ਅੱਖ ਨੱਕ ਦਾ ਤਾਂ ਬਚਾ ਰਿਹਾ ਏ, ਪਰ ਗਰਦਨ 'ਤੇ ਵੀ ਚਾਕੂ ਵੱਜਿਆ। ਹਾਲਾਂਕਿ ਚਾਕੂ ਇੰਨੇ ਡੂੰਘੇ ਨਹੀਂ ਵੱਜੇ ਤਾਂ ਬਚਾਅ ਹੋ ਗਿਆ ਇਸ ਔਰਤ ਦਾ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸਿਰਸਾ ਦੇ ਪਿੰਡ ਅਲਿੰਕਾ ਦੀਆਂ, ਜਿੱਥੇ ਦੋ ਭੈਣਾਂ ਇੱਕ ਘਰ ਦੇ ਵਿੱਚ ਰਹਿੰਦੀਆਂ ਸੀ। ਉਹਨਾਂ 'ਤੇ ਇੱਕ ਬਦਮਾਸ਼ ਨੇ ਹਮਲਾ ਕਰ ਦਿੱਤਾ। ਪਹਿਲਾਂ ਵੱਡੀ ਭੈਣ 'ਤੇ ਹਮਲਾ ਕੀਤਾ ਤਾਂ ਛੋਟੀ ਭੈਣ ਭੱਜ ਆਈ। ਛੋਟੀ ਭੈਣ ਨੇ ਆਪਣੀ ਵੱਡੀ ਭੈਣ ਨੂੰ ਬਚਾਉਣ ਦੇ ਲਈ ਜਾਨ ਦੀ ਬਾਜ਼ੀ ਲਗਾ ਦਿੱਤੀ ਅਤੇ ਆਪਣੀ ਜਾਨ ਦੇ ਨਾਲ ਨਾਲ ਆਪਣੀ ਭੈਣ ਦੀ ਵੀ ਜਾਨ ਬਚਾ ਲਈ। ਹਾਲਾਂਕਿ ਉਹਨਾਂ ਦੀ ਜਿਹੜੀ ਭੈਣ ਹੈ ਉਹ ICU ਦੇ ਵਿੱਚ ਭਰਤੀ ਹੈ, ਪਰ ਹਾਲੇ ਖਤਰੇ ਤੋਂ ਬਾਹਰ। ਆਓ ਇਸ ਔਰਤ ਕੋਲੋਂ ਸੁਣਦੇ ਹਾਂ ਕਿ ਆਖਿਰਕਾਰ ਬਦਮਾਸ਼ ਨੇ ਹਮਲਾ ਕਿਉਂ ਅਤੇ ਕਿਵੇਂ ਕੀਤਾ। ਸਰ ਐਸੇ ਥਾ, ਮੈਂ ਸਿਸਟਰ ਪਹਿਲੇ ਉੱਠੀ ਹੈ ਬਾਥਰੂਮ ਕਰਨੇ ਕੇ ਲੀਏ, ਆਪਣੇ 4:30 ਕੇ ਆਸ ਪਾਸ, ਤੋ ਬਾਹਰ ਨਿਕਲੀ ਹੈ ਤੋ ਜ਼ੋਰ ਸੇ ਸ਼ੋਰ ਕਰ ਰਹੀ ਹੈ। ਮੈਂ ਬਾਹਰ ਨਿਕਲੀ ਹੂੰ ਤੋ ਨਿਕਲੀ, ਮੈਂ ਕਿਹਾ ਕਿਆ ਹੋਗਾ ਕਿਆ ਹੋਗਾ, ਤੋ ਫਿਰ ਦੇਖਾ ਤੋ ਸਿਸਟਰ ਕੋ ਚਾਕੂ ਮਾਰ ਰੱਖਾ ਥਾ ਗਰਦਨ ਪੇ। ਉਸਕੇ ਬਾਅਦ ਫਿਰ ਉਹ ਭਾਗ ਗਿਆ ਲੜਕਾ, ਫਿਰ ਮੈਂ ਬਾਹਰ ਆਈ ਤੋ ਪਿੱਛੇ ਸੇ ਭਾਗ ਕੇ ਆਇਆ, ਤੋ ਪਹਿਲੇ ਉਸਕੋ ਦੁਬਾਰਾ ਸੋਟੀ ਮਾਰੀ, ਕਿਚਨ ਮੇਂ ਭਾਗਾ, ਕਿਚਨ ਮੇਂ ਭਾਗ ਕੇ ਚਾਕੂ ਲੈ ਆਇਆ, ਫਿਰ ਮੇਰੇ ਕੋਲ ਚਾਕੂ ਮਾਰੇ, ਗਰਦਨ ਪੇ ਮਾਰੇ, ਆਪਣੇ ਪਾਸ ਮਾਰੇ, ਫਿਰ ਹੱਥ ਮੇਂ ਮੈਨੂੰ ਚਾਕੂ ਖਿੱਚਾ, ਸਾਰੇ ਹੱਥ ਪੇ ਮਾਰਾ, ਤੋ ਪਹਿਲੇ ਫਿਰ ਉਸਕੇ ਪਹਿਲੇ ਡੰਡੇ ਵੀ ਮਾਰੇ ਜ਼ੋਰ ਜ਼ੋਰ ਸੇ। ਅਕੇਲਾ ਅਕੇਲਾ ਹੀ ਮੇਰੇ ਕੋਲ ਪੂਰੀ ਪਹਿਚਾਣ ਨਹੀਂ ਆਈ। ਮੈਂ ਮੇਰੀ ਤਾਂ ਕੋਈ ਦੁਸ਼ਮਣੀ ਨਹੀਂ, ਲੂਟ ਪੁੱਟ ਵਾਲੀ ਬਾਤ ਮੇਰੇ ਕੋਲ ਲੱਗੀ, ਇਸ ਤੋਂ ਮਾਰਨੇ ਕਾ ਇਰਾਦਾ। ਹਾਂਜੀ ਹਾਂਜੀ, ਉਹ ਰੋ ਰਹੀ ਸੀ, ਕਿਚਨ ਮੇਂ ਸਾਰਾ ਖੂਨ ਖੂਨ ਹੋ ਰਹਾ ਥਾ, ਮੈਂ ਇੱਕਦਮ ਘਬਰਾ ਗਈ, ਕਿਆ ਹੋ ਗਿਆ, ਉਹ ਬੋਲ ਹੀ ਨਹੀਂ ਸਕੀ। ਹਮ ਦੋਨੋਂ ਸਿਸਟਰ ਥੇ, ਅੰਦਰ ਕੁੰਡੀ ਲੱਗੀ ਹੋਈ ਥੀ, ਉਹ ਕੁੰਡੀ ਖੋਲ ਕੇ ਆਈ ਹੈ ਤੋ ਉਸਕੇ ਪਿੱਛੇ ਸਿੱਧਾ ਆ ਉਸਨੇ ਵਾਰ ਕਰ। ਨਹੀਂ ਹਮ ਅਨਮੈਰਿਡ। ਹਾਂਜੀ, ਸਰੋਜ ਬਾਲਾ। ਕੈਸੀ ਸਥਿਤੀ ਹੈ ਉਸਕੀ? ਅਬ ਥੋੜੀ ਉਸਕੀ ਡਾਊਨ ਹੈ। ਹਾਂਜੀ ਗਰਦਨ ਪੇ, ਸਾਈਡ ਪੇ, ਆਖ ਪੇ, ਇਧਰ ਵੀ, ਇਧਰ ਵੀ, ਇਧਰ ਵੀ, ਇਧਰ ਵੀ। ਹਾਂਜੀ, ਚਾਕੂ ਸੇ ਔਰ ਮੇਰੇ ਡੰਡੇ ਵੀ ਮਾਰੇ, ਪਤਾ ਰਾਡ ਸੀ ਜਾਂ ਡੰਡੇ ਸੀ। ਹਮਲਾ ਕਰਨ ਦੇ ਬਾਅਦ ਕਾਫੀ ਦੇਰ ਤੱਕ ਰੁਕਾ ਵੀ ਰਹਾ ਹੈ? ਨਹੀਂ ਨਹੀਂ, ਫਿਰ ਉਹ ਜਦ ਮੈਂ ਚਾਕੂ ਛੀਨਾ ਨਾ, ਦਬਾਇਆ, ਉਹ ਚਾਕੂ ਮੁੜ ਗਿਆ, ਤੋ ਫਿਰ ਉਹ ਪੌੜੀ ਲਗਾ ਕੇ ਭੱਗ ਗਿਆ। ਐਸਾ ਹੀ ਥਾ ਜੀ, ਮਤਲਬ ਉਹਨੂੰ ਤਾਂ ਮਾਰਨੇ ਕਾ ਇਰਾਦਾ ਹੀ ਹੈ ਸਮਝ।
ਅੱਜ ਜਿਹੜੀ ਅਲੀ ਕੇ ਤੜਕੇ 4:30-5 ਵਜੇ ਦੇ ਵਿੱਚ ਘਟਨਾ ਹੋਈ ਹੈ। ਦੋ ਮਤਲਬ ਲੜਕੀਆਂ ਦੋਨੇ ਆਪਦੇ ਪਰਿਵਾਰ 'ਚ ਰਹਿ ਰਹੀਆਂ ਸੀ ਅਤੇ ਉਹ ਬਹੁਤ ਨਿੰਦਣਯੋਗ ਹੈ, ਮਾੜੀ ਹੋਈ ਹੈ। ਅਸੀਂ ਤਾਂ ਇਹਦੇ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਇਹ ਕਹਿੰਦੇ ਹਾਂ ਵੀ ਪੂਰੀ ਤਹਿ ਤੱਕ ਜਾ ਕੇ ਜਿਸ ਵੀ ਵਿਅਕਤੀ ਨੇ ਕਰੀ ਹੈ ਜਾਂ ਕਿਸੇ ਨੇ ਕਰਵਾਈ ਹੈ ਤੇਰੀ ਪੂਰੀ ਇਨਕੁਆਇਰੀ ਕਰਕੇ ਉਹ ਅਪਰਾਧੀਆਂ ਨੂੰ ਪਕੜ ਕੇ ਜੇ ਸਲਾਖਾਂ ਦੇ ਵਿੱਚ ਦਿੱਤਾ ਜਾਵੇ। ਇਹੋ ਜਿਹਾ ਕੰਮ ਸਾਡੇ ਪਿੰਡਾਂ 'ਚ ਪਹਿਲਾਂ ਨਹੀਂ ਸੀ, ਹੋਣਾ ਨਹੀਂ ਚਾਹੀਦਾ, ਕਿਉਂਕਿ ਮੰਨ ਕੇ ਚੱਲੋ ਵੀ ਦੋ ਆਪਦੀਆਂ ਸਕੀਆਂ ਭੈਣਾਂ ਆਪਦੇ ਪਰਿਵਾਰ 'ਚ ਰਹਿ ਰਹੀਆਂ ਤਾਂ ਉਸ ਨੂੰ ਵਿਅਕਤੀ ਨੂੰ ਕੀ ਦਿੱਕਤ ਹੋਈ? ਜੇ ਕੋਈ ਦਿੱਕਤ ਸੀ ਤਾਂ ਕੋਈ ਇਹਨਾਂ ਨਾਲ ਸਾਹਮਣੇ ਬੈਠ ਕੇ ਗੱਲਬਾਤ ਕਰ ਲੈਂਦਾ, ਤਾਂ ਉਹਨੂੰ ਕਰਨਾ ਨਹੀਂ ਚਾਹੀਦਾ। ਦੂਸਰੀ ਇਹਦੀ ਵੱਡੀ ਭੈਣ ਹੈ ਜਿਹੜੀ, ਉਸ ਨੂੰ ਤਾਂ ਮਰਨ ਦੇ ਕਗਾਰ 'ਤੇ ਪਹੁੰਚਾਤਾ ਉਸ ਆਦਮੀ ਨੇ। ਇਹ ਚਲੋ ਆਪਣੇ ਸਾਹਮਣੇ ਬੈਠੀ ਹੈ ਵਿਚਾਰੀ, ਇਹ ਤਾਂ ਬੋਲ ਵੀ ਕੁਸ ਰਹੀ ਹੈ, ਇਹ ਚੰਗੀ ਗੱਲ ਨਹੀਂ। ਅਸੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ SHO ਰੋੜੀ ਨੂੰ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਇਨਕੁਆਇਰੀ ਕਰਕੇ ਜਿਹੜਾ ਵੀ ਅਪਰਾਧੀ ਹੈ ਅਪਰਾਧੀ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਇਹਨਾਂ ਨੂੰ ਜਿਹੜਾ ਇਨਸਾਫ ਦੀ ਮੰਗ ਹੈ ਉਹ ਪੂਰੀ ਕੀਤੀ ਜਾਵੇ ਜੀ। ਇਹਨਾਂ ਦੇ ਦੱਸਣ ਦੀ ਗੱਲ ਹੈ ਜੀ, ਮਤਲਬ ਵੀ ਜੇ ਇੱਕ ਤਾਂ ਜਿੱਥੋਂ ਤੱਕ ਸਾਨੂੰ ਸਮਝਦਾਰੀ ਵੀ ਤੜਕੇ ਸਮਾਂ 5 ਵਜੇ ਦਾ ਆ ਗਿਆ, 4:45 ਦਾ ਲਾ ਲਓ, 4:30 ਦਾ ਲਾ ਲਓ, ਇੱਕ ਮੰਨ ਕੇ ਚੱਲੋ ਵੀ ਇਕੱਲਾ ਵਿਅਕਤੀ ਸੀ, ਇਹ ਦੋ ਸੀ, ਇਹਨਾਂ ਨੇ ਦੋਨਾਂ ਨੇ ਜਦੋਂ ਮਾੜਾ ਮੋਟਾ ਰੌਲਾ ਪਾਇਆ ਉਹਨੂੰ ਹੋ ਗਿਆ ਵੀ ਪੜੋਸੀ ਉੱਠ ਕੇ ਨਾ ਜਾਣ, ਉੱਠ ਵੀ ਖੜਦੇ ਪਿੰਡਾਂ 'ਚ ਦੇ ਲੋਕ ਜੀ, ਤਾਂ ਉਹ ਮਤਲਬ ਬੰਦਾ ਭੱਜ ਗਿਆ ਆਪਦਾ ਪਿੱਛਾ ਛੁਡਾ ਕੇ ਅਤੇ ਇਹ ਹੋਣਾ ਨਹੀਂ ਚਾਹੀਦਾ। ਪ੍ਰਸ਼ਾਸਨ ਨੂੰ ਪੂਰੀ ਤਹਿ ਤੱਕ ਜਾ ਕੇ ਬੰਦਿਆਂ ਨੂੰ ਫੜ ਕੇ ਮੂਹਰੇ ਲਿਆਉਣ ਜੀ।